मेरे प्यारे देशवासियों नमस्कार नए विषयों के साथ नए प्रेरक उदाहरणों के साथ नए नए संदेशों को समेटते हुए एक बार फिर मैं आपसे मन की बात करने आया प्राइसेस से बदन करके ਅਸੀਂ ਬੜੀਆਂ ਚਿੱਠੀਆਂ ਲਿਖੀਆਂ ਅਸੀਂ ਕਾਮਰਸ ਮਿਨਿਸਟਰ ਨੂੰ ਸਟੀਲ ਮਿਨਿਸਟਰ ਨੂੰ ਕੋਲੇ ਦੇ ਮਿਨਿਸਟਰ ਨੂੰ ਅਸੀਂ ਸਾਰਿਆਂ ਨਾਲ ਸਾਡੀ ਮੀਟਿੰਗ ਹੋਈ ਦਿੱਲੀ ਔਰ ਉਹਨਾਂ ਨੇ ਇਹ ਕਿਹਾ ਵੀ ਸ틸 ਉਦਯੋਗਾਂ ਨੂੰ ਮੇਨ ਪ੍ਰੋਡੂਸਰ ਜਿਹੜੇ ਆ ਕਿ ਅਸੀਂ ਫਿਰ ਦੂਜਾ ਸਵਿਕਾ ਅਪਣਾਵਾਂਗੇ ਉਹਨਾਂ ਨੇ ਕਿਹਾ ਅਸੀਂ 2000 ਰੁਪਏ ਐਮਐਸਐਮਈ ਵਾਸਤੇ 6000 ਰੁਪਏ ਘਟਾ ਦਾਂਗੇ ਕਿਉਂਕਿ ਉਹ ਇਸ ਲਈ ਸੈਕੰਡਰੀ ਪ੍ਰੋਡਿਊਸਰ ਜਿਹੜੇ ਇੱਥੇ ਹੈਗੇ ਸਟੀਲ ਪ੍ਰੋਡਿਊਸਰ ਉਹਨਾਂ ਦਾ ਰੇਟ ਜਿਹੜਾ ਵਾ ਪ੍ਰਾਈਮ ਸਟੀਲ ਆਲਿਆ ਉਹ 6000 ਤੋਂ ਘੱਟ ਸੀ ਲੇਕਿਨ ਉਹਦਾ ਕੋਈ ਅਸਰ ਨਹੀਂ ਆਇਆ ਕੋਈ ਰਿਜ਼ਲਟ ਨਹੀਂ ਨਿਕਲਿਆ ਉਹਨਾਂ ਨੇ ਘਟਾਣ ਦੀ بجائے 12 13000 15000 ਤਿਆ ਰੇਟ ਹੋਰ ਵਧਾ ਦਿੱਤਾ ਮਾਈਕਰੋ ਯੂਨਿਟ ਬੰਦ ਹੋ ਗਏ ਸਮਾਲ ਸਕیل ਯੂਨਿਟ ਬੰਦ ਹੋ ਗਏ ਜਿਨ੍ਹਾਂ ਦਾ 24 ਘੰਟੇ ਕੰਮ ਚੱਲਦਾ ਸੀ ਉਹ ਉਹ ਯੂਨਿਟ ਐ ਸੋਲੇ 8 ਘੰਟਿਆਂ ਤੇ ਆ ਗਿਆ ਕਹਿੰਦਾ ਮਤਲਬ ਇਹ ਆ ਕਿ 5 6 ਬੰਦਿਆਂ ਨੂੰ ਬਚਾਉਣ ਵਾਸਤੇ ਸਮਾਲ ਸਕੀਲ ਨੇ ਸੀਐਮਐਸ ਐਮ ਇੰਡਸਟਰੀ ਦਾ ਬਹੁਤ ਨੁਕਸਾਨ ਹੋ ਗਿਆ ਜਾਣ ਕੀ ਬਾਤ ਵਿਜੀ ਇੰਡਸਟਰੀ ਜੀ ਜਾਣ ਕੀ ਬਾਤ ਇੰਡਸਟਰੀ ਕੇ ਸਾਥ ਜੀ ਜੇ ਸ਼ੁਰੂ ਕਰਨ ਵੀਨੇ ਜੇ ਕਰੀ ਵੀ ਕਰਨ ਤਾਂ ਮੇਰਾ ਖਿਆਲ ਆ ਇੱਕ ਇੰਡਸਟਰੀ ਪਾਰਟੀ ਦੇ ਨਾਲ ਜੁੜੇਗੀ ਜੇ ਸਟੀਲ ਇمپੋਰਟ ਕਰਨਾ ਹੋਵੇ ਬਾਹਰੋਂ ਉੱਥੇ ਇੱਕ ਕੰਡੀਸ਼ਨ ਲਾਈ ਹੈ ਕਿ ਬੀਆਈਐਸ ਸਪੈਸੀਫਿਕੇਸ਼ਨ ਹੋਣੀ ਹੈ ਜ਼ਰੂਰੀ ਆ ਬਾਹਰ ਦੀ ਕੰਟਰੀ ਤੋਂ ਜੇ ਅਸੀਂ ਕੋਈ ਸਟੀਲ ਮੰਗਾਨੇ ਆ ਤੇ ਬਾਹਰ ਦਾ ਬੀਆਈਐਸ ਵਾਲਿਆਂ ਦਾ ਕੋਈ ਜ਼ਫਤ ਰਹਿ ਨਹੀਂ ਹੋ ਆਈਐਸਆਈ ਵਾਲਿਆਂ ਦਾ ਤੇ ਉਹ ਕੋਈ ਕੁਝ ਦਾ ਲਾਇਸੈਂਸ ਲੈ ਸਕਦੇ ਆ ਕਿ ਚਾਈਨਾ ਦੇ ਵਿੱਚ ਸਟੀਲ ਇੰਨਾ ਸਸਤਾ ਹੋ ਗਿਆ 540% ਸਸਤਾ ਹੋ ਗਿਆ ਅਮਰੀਕਨ ਕਸਟਮਰ ਜਿੰਨੇ ਵੀ ਸੀਗੇ ਮੋਸਟ ਆਫ ਦੀ ਕਸਟਮਰ ਜਿਹੜਿਆ ਉਹ ਚਾਈਨਾ ਚਲੇ ਗਏ ਲੇਕਿਨ ਇਹ ਸਾਰੀਆਂ ਚੀਜ਼ਾਂ ਅਸੀਂ ਮਿਨਿਸਟਰਸ ਨੂੰ ਟਾਈਮ ਬੇ ਟਾਈਮ ਅਸੀਂ ਦੱਸਦੇ ਰਹਿੰਨੇ ਆ ਲੇਕਿਨ ਥੋੜਾ ਜਿਹਾ ਇਸ ਚੀਜ਼ ਤੇ ਦੁੱਖ ਹੁੰਦਾ ਵਾ ਇਹ ਕਈ ਵਾਰੀ ਉਹ ਡਿਸੀਜਨ ਲੈਣ ਚ ਬਹੁਤ ਦੇਰ ਕਰਦੇ ਆ। ਨਮਸਕਾਰ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫੇਟ ਤੁਹਾਡੇ ਨਾਲ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਦੋਸਤੋ ਦੇਸ਼ ਦੇ ਵਿੱਚ ਜਿਹੜੇ ਰੌ ਮਟੀਰੀਅਲ ਦੀ ਵਧੀਆਂ ਕੀਮਤਾਂ ਨੂੰ ਲੈ ਕੇ ਇੰਡਸਟਰੀ ਦੀ ਹਾਲਾਤ ਜਿਹੜੇ ਆ ਲਗਾਤਾਰ ਬੱਤ ਤੋਂ ਬੱਤਰ ਹੁੰਦੇ ਜਾ ਰਹੇ ਆ ਜਿੱਥੇ ਇੰਡਸਟਰੀ ਨੂੰ ਅੱਜ ਹਾਲਾਤ ਇਹ ਆ ਕਿ ਆਪਣੀ ਹੀ ਸਰਕਾਰਾਂ ਦੇ ਅੱਗੇ ਮਿਲਣ ਲਈ ਆਪਣੀ ਆਵਾਜ਼ ਸੈਂਟਰ ਦੀ ਸਰਕਾਰਾਂ ਜਾਂ ਰਾਜ ਸਰਕਾਰਾਂ ਤੱਕ ਪਹੁੰਚਣ ਲਈ ਕਸ਼ਮਕਸ਼ ਕਰਨੀ ਪੈ ਰਹੀ ਹੈ ਸੋਚਣਾ ਪੈ ਰਿਹਾ ਹੈ ਉੱਥੇ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਹਮੇਸ਼ਾ ਹਰ ਮਹੀਨੇ ਇੱਕ ਵਾਰੀ ਮਨ ਦੀ ਗੱਲ ਕਰਦੇ ਆ ਸੋ ਮਨ ਕੀ ਬਾਤ ਕਰਦੇ ਆ ਪਰ ਅੱਜ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਜਨਹਤਾਸ਼ੀ ਵੱਲੋਂ ਕਿ ਇੱਕ ਨਵਾਂ ਪਲੇਟਫਾਰਮ ਖੜਾ ਕੀਤਾ ਜਾਏ ਜਿਹਨੂੰ ਅਸੀਂ ਨਾਮ ਦੇ ਰਹੇ ਹਾਂ ਜਨ ਕੀ ਬਾਤ ਕਿਉਂਕਿ ਅਸੀਂ ਖੁਦ ਜਨ ਜਨ ਕੀ ਬਾਤ ਕਰਦੇ ਹਾਂ ਤਾਂ ਅਸੀਂ ਇੱਕ ਉਹਨਾਂ ਪਲੇਟਫਾਰਮ ਸ਼ੁਰੂ ਕਰ ਰਹੇ ਹਾਂ ਜਨ ਕੀ ਬਾਤ ਜਿਹਦੇ ਵਿੱਚ ਇੰਡਸਟਰੀ ਟ੍ਰੇਡ ਜਿਹੜੀ ਹੈਗੀ ਹੈ ਉਹਨਾਂ ਦੀ ਜਿਹੜੀ ਮੰਨ ਦੀ ਗੱਲ ਹੈ ਉਹਨੂੰ ਜਨਤਾ ਦੇ ਇਸ ਪਲੇਟਫਾਰਮ ਤੇ ਕੋਸ਼ਿਸ਼ ਕੀਤੀ ਜਾਏਗੀ ਕਿ ਪ੍ਰਧਾਨ ਮੰਤਰੀ ਸਾਹਿਬ ਤੱਕ ਸਿੱਧੀ ਪਹੁੰਚਾਈ ਜਾ ਸਕੇ ਕਿਉਂਕਿ ਇਦੇ ਵਿੱਚ ਇੰਡਸਟਰੀ ਟ੍ਰੇਡ ਦਾ ਕਿਤੇ ਨਾ ਕਿਤੇ ਇਹ ਵੀ ਮੰਨਣਾ ਹੈ ਕਿ ਕੋਸ਼ਿਸ਼ ਤਾਂ ਬਹੁਤ ਕਰਦੇ ਐ ਕਿ ਉਹ ਪ੍ਰਧਾਨ ਮੰਤਰੀ ਤੱਕ ਆਪਣੇ ਦਲ ਦੀ ਗੱਲ ਪਹੁੰਚਾ ਸਕਣ ਜਨਤਾ ਦੇ ਦੀ ਗੱਲ ਜਿਹੜੀ ਪਹੁੰਚੀ ਜਾ ਸਕੇ ਪਰ ਉਹ ਪਹੁੰਚ ਨਹੀਂ ਪਾਂਦੀ ਕਿਉਂਕਿ ਕਿਤੇ ਨਾ ਕਿਤੇ ਲੀਡਰਸ਼ਿਪ ਉੱਥੇ ਤੱਕ ਪਹੁੰਚਾਉਂਦੀ ਨਹੀਂ ਜਾਂ ਉਹ ਆਪਣੀ ਕਿਤੇ ਨਾ ਕਿਤੇ ਨਿਲਾਕੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ ਸਚਾਈ ਕੀ ਹੈ ਇਹ ਵਕਤ ਦੱਸੇਗਾ ਪਰ ਇਸ ਐਪੀਸੋਡ ਦੇ ਅੱਜ ਅਸੀਂ ਪਹਿਲੇ ਜਿਹੜਾ ਸਾਡਾ ਸ਼ੁਰੂਆਤ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਸ਼੍ਰੀ ਐਸ. ਰਲਨ ਜੀ ਨਾਲ ਜਿਹੜੇ ਕੀ ਫਿਓ ਜੀ ਹਾਂ ਫਿਓ ਇੰਡੀਆ ਦੇ ਐਕਸ ਨੈਸ਼ਨਲ ਪ੍ਰੈਜ਼ੀਡੈਂਟ ਰਹੇ ਹੈ ਸੋ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਕੀ ਹੈ ਐਕਚੁਅਲੀ ਜਨ ਕੀ ਬਾਤ ਮਨ ਕੀ ਬਾਤ ਤਾਂ ਅਸੀਂ ਹਰ ਵਾਰੀ ਸੁਣਦੇ ਹਾਂ ਰੇਡੀਓ ਤੇ ਟੀਵੀ ਚੈਨਲ ਤੇ ਜਿਸ ਤੇ ਪ੍ਰਧਾਨ ਮੰਤਰੀ ਸਾਹਿਬ ਸੁਣਦੇ ਹਾਂ ਪਰ ਅੱਜ ਪ੍ਰਧਾਨ ਮੰਤਰੀ ਸਾਹਿਬ ਲਈ ਸ਼੍ਰੀ ਨਰਿੰਦਰ ਮੋਦੀ ਜੀ ਲਈ ਜਨਤਾ ਵੱਲੋਂ ਅਸੀਂ ਇੱਕ ਪਲੇਟਫਾਰਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਤੇ ਅਸੀਂ ਕਹਾਂਗੇ ਜਨ ਕੀ ਬਾਤ ਸੋ ਗੱਲਬਾਤ ਕਰਦੇ ਹਾਂ ਰਲਨ ਸਾਹਿਬ ਨਾਲ ਸਰ ਨਮਸਕਾਰ ਨਮਸਕਾਰ ਸਰ ਕੀ ਕਹਿਣਾ ਚਾਹੋਗੇ ਜਨ ਕੀ ਬਾਤ ਕੀ ਹੈ ਮਨ ਕੀ ਬਾਤ ਤਾਂ ਸੀ ਪਿਛਲੇ 5-7 ਸਾਲ ਤੋਂ ਸੁਣ ਰਹੇ ਹਾਂ ਜਦੋਂ ਤੋਂ ਪ੍ਰਧਾਨ ਮੰਤਰੀ ਸਾਹਿਬ ਹੈ ਬੜਾ ਅੱਛਾ ਪਲੇਟਫਾਰਮ ਹੈ ਲੋਕਾਂ ਨੂੰ ਮਸ਼ਹੂਰ ਵੀ ਹੋ ਗਿਆ ਪਰ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਹੁਣ ਜਨਤਾ ਟਰੇਡ ਇੰਡਸਟਰੀ ਜਿਹੜੀ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਮਰ ਗਏ ਲੁੱਟ ਗਏ ਬਰਬਾਦ ਹੋ ਗਏ ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਸੋ ਅੱਜ ਜਨ ਕੀ ਐਕਚੁਅਲ ਪਿਓਰ ਸਥਿਤੀ ਕੀ ਹੈ ਜਿਹੜੀ ਅਸੀਂ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਾ ਸਕੀਏ ਦੇਖੋ ਗੱਲ ਇਹ ਆ ਗਈ ਬਹੁਤ ਅੱਛਾ ਇੱਕ ਉਪਰਾਲਾ ਸੀ ਪ੍ਰਧਾਨ ਮੰਤਰੀ ਜੀ ਦਾ ਕਿ ਮਨ ਕੀ ਬਾਤ ਦੇ ਨਾਲ ਬੱਚਿਆਂ ਨੂੰ ਬਹੁਤ ਹੌਸਲਾ ਮਿਲਦਾ ਸੀ ਅੱਜ ਅਸੀਂ ਪਿਛਲੇ 2 ਸਾਲਾਂ ਤੋਂ ਸਟੀਲ ਪ੍ਰਾਈਸਿਸ ਦੇ ਬਦਲਨ ਕਰਕੇ ਅਸੀਂ ਬੜੀਆਂ ਚਿੱਠੀਆਂ ਲਿਖੀਆਂ ਅਸੀਂ ਕਾਮਰਸ ਮਿਨਿਸਟਰ ਨੂੰ ਸਟੀਲ ਮਿਨਿਸਟਰ ਨੂੰ ਕੋਲੇ ਦੇ ਮਿਨਿਸਟਰ ਨੂੰ ਅਸੀਂ ਸਾਰਿਆਂ ਨਾਲ ਸਾਡੀ ਮੀਟਿੰਗ ਹੋਈ ਦਿੱਲੀ ਔਰ ਉਹਨਾਂ ਨੇ ਇਹ ਕਿਹਾ ਵੀ ਸਟੀਲ ਪ੍ਰੋਡਕਸ਼ਨ ਦੇ ਮੇਨ ਪ੍ਰੋਡੂਸਰ ਜਿਹੜੇ ਆ ਕਿ ਅਸੀਂ ਫਿਰ ਦੂਜਾ ਤਰੀਕਾ ਅਪਣਾਵਾਂਗੇ ਉਹਨਾਂ ਨੇ ਕਿਹਾ ਸੀ 2000 ਰੁਪਏ ਐਮਐਸਐਮੀ ਵਾਸਤੇ 6000 ਰੁਪਏ ਘਟਾ ਦੇਣਗੇ ਜੀ ਕਿਉਂਕਿ ਉਸ ਲਈ ਸੈਕੰਡਰੀ ਪ੍ਰੋਡਿਊਸਰ ਜਿਹੜੇ ਇੱਥੇ ਹੈਗੇ ਸਟੀਲ ਪ੍ਰੋਡਿਊਸਰ ਉਹਨਾਂ ਦਾ ਰੇਟ ਜਿਹੜਾ ਵਾ ਪ੍ਰਾਈਮ ਸਟੀਲ ਵਾਲਿਆਂ ਨਾਲੋਂ 6000 ਤੋਂ ਘੱਟ ਸੀ ਜੀ ਲੇਕਿਨ ਉਹਦਾ ਕੋਈ ਅਸਰ ਨਹੀਂ ਆਇਆ ਕੋਈ ਰਿਜ਼ਲਟ ਨਹੀਂ ਨਿਕਲਿਆ ਉਹਨਾਂ ਨੇ ਘਟਾਉਣ ਦੀ ਬਜਾਏ 12-13000 15000 ਰੁਪਏ ਰੇਟ ਹੋਰ ਵਧਾ ਦਿੱਤਾ ਮੈਂ ਮੰਨਦਾ ਮਾਂ ਕਿ ਇਹ ਇੰਟਰਨੈਸ਼ਨਲ ਪ੍ਰਾਈਸ ਹੈ ਇਹ ਵਿੱਚ ਕੋਈ ਜ਼ੋਰ رائے ਨਹੀਂ ਹੈ ਅਸੀਂ ਸਟੀਲ ਮਿਨਿਸਟਰ ਨੂੰ ਵੀ ਮੈਂ ਇੱਕ ਵਾਰੀ ਕਿਸੇ ਦੇ ਥਰੂ ਮੈਸੇਜ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਐਂਡ ਪ੍ਰੋਡਕਟ ਹੈ ਸਟੀਲ ਪ੍ਰੋਡਿਊਸਰਾਂ ਦਾ ਲੇਕਿਨ ਗੱਲ ਕਰਨ ਵਾਲੀ ਇਥੇ ਇਹ ਆ ਕਿ ਜਿਹੜਾ ਉਹ ਐਂਡ ਪ੍ਰੋਡਕਟ ਨੂੰ ਉਹ ਕਹਿ ਰਹੇ ਹੈ ਸਟੀਲ ਮਿਨਿਸਟਰ ਉਹ ਐਂਡ ਪ੍ਰੋਡਕਟ ਨਹੀਂ ਹੈ ਉਹ ਕਰੋੜਾਂ ਹੀ ਐਮਐਸਐਮਈ ਯੂਨਿਟਾਂ ਦਾ ਇੱਕ ਰਾਮਟੀਰੀਅਲ ਆ ਇਸ ਕਰਕੇ ਰਾਮਟੀਰੀਅਲ ਨੂੰ ਚੈੱਕ ਕਰਨਾ ਉਹਦੀ ਪ੍ਰਾਈਸਿਸ ਨੂੰ ਚੈੱਕ ਕਰਨਾ ਇੱਕ ਇੱਕ ਬੜੀ ਕਮੋਡਿਟੀ ਹੈ ਜਿਹਦੇ ਉੱਤੇ ਕਰੋੜਾਂ ਹੀ এমਪਲॉयमेंट ਜਨਰੇਟ ਹੋ ਰਹੀ ਹੈ ਇਹ ਜਿੱਦਾਂ ਇਹ ਕਣਕ ਔਰ ਪੈਡੀ ਹੈਗੀ ਆ ਇਹ ਉਸ ਤਰ੍ਹਾਂ ਹੀ ਇਹਨੂੰ ਕਮੋਡਿਟੀ ਲੈ ਕੇ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਆ ਔਰ ਇਹ ਬੜਾ ਅੱਛਾ ਤੁਸੀਂ ਇੱਕ ਆਈਡੀਆ ਦਿੱਤਾ ਵਾ ਕਿ ਪ੍ਰਧਾਨ ਮੰਤਰੀ ਜੀ ਨੂੰ ਜੇ ਕਿਉਂਕਿ ਇੰਡਸਟਰੀ ਇੱਕ ਬਹੁਤ ਵੱਡਾ ਵੋਟ ਬੈਂਕ ਆ ਜਿਹਨੂੰ ਕੀ ਕੋਈ ਵੀ ਪੋਲਿਟਿਕਲ ਪਾਰਟੀ ਵੋਟ ਬੈਂਕ ਨਹੀਂ ਸਮਝਦੀ ਪਰ ਐਸੋਲੇ ਬੈਂਕ ਤਾਂ ਸਮਝਦੀ ਹੈ ਸਰ ਮੈਂ ਉਹ ਉਹਦੇ ਵਿੱਚ ਨਹੀਂ ਪੈਣਾ ਚਾਹਾਂਗਾ ਕੱਲ ਇਹ ਆ ਕਿ ਐਸੋਲੇ ਸਟੀਲ ਪ੍ਰਾਈਸਿਸ ਕਰਕੇ ਮਾਈਕਰੋ ਯੂਨਿਟ ਬੰਦ ਹੋ ਗਏ স্মਲ ਸਕੇਲ ਯੂਨਿਟ ਬੰਦ ਹੋ ਗਏ ਜਿਨ੍ਹਾਂ ਦਾ 24 ਘੰਟੇ ਕੰਮ ਚੱਲਦਾ ਸੀ ਉਹ ਉਹ ਯੂਨਿਟ ਐਸੋਲੇ 8 ਘੰਟਿਆਂ ਤੇ ਆ ਗਿਆ ਕਹਿੰਦਾ ਮਤਲਬ ਇਹ ਆ ਕਿ 5 6 ਬੰਦਿਆਂ ਨੂੰ ਬਚਾਉਣ ਵਾਸਤੇ ਸਮਾਲ ਸਕੇਲ ਇੰਡਸਟਰੀ ਐਮ ਐਸ ਐਮ ਇੰਡਸਟਰੀ ਦਾ ਬਹੁਤ ਨੁਕਸਾਨ ਹੋ ਗਿਆ ਐਸ ਵੇਲੇ ਬਹੁਤ ਅੱਛੀ ਗੱਲ ਹੈ ਜੇ ਪ੍ਰਧਾਨ ਮੰਤਰੀ ਜੀ ਜਨ ਕੀ ਬਾਤ ਵਿਦ ਇੰਡਸਟਰੀ ਜਨ ਕੀ ਬਾਤ ਇੰਡਸਟਰੀ ਕੇ ਸਾਥ ਜੇ ਸ਼ੁਰੂ ਕਰਨ ਮਹੀਨੇ ਜੇ ਕਰੀ ਵੀ ਕਰਨ ਤਾਂ ਮੇਰਾ ਖਿਆਲ ਆ ਇੱਕ ਇੰਡਸਟਰੀ ਪਾਰਟੀ ਦੇ ਨਾਲ ਜੁੜੇਗੀ ਔਰ ਇੰਡਸਟਰੀ ਨੂੰ ਇੱਕ ਕੌਨਫੀਡੈਂਸ ਆ ਜਾਏਗਾ ਕਿ ਗਵਰਨਮੈਂਟ ਸਾਡੇ ਨਾਲ ਆ ਪ੍ਰਧਾਨ ਮੰਤਰੀ ਜੀ ਸਾਡੀ ਸੁਣਦੇ ਆ ਕਿਉਂਕਿ ਨਾਰਮਲੀ ਇਹ ਦੇਖਿਆ ਗਿਆ ਵਾ ਕਿ ਕਿਸੇ ਵੀ ਮੰਤਰੀ ਨਾਲ ਜੇ ਗੱਲ ਕਰੋ ਤੇ ਉਹ ਕੋਈ ਵੀ ਡਿਸੀਜਨ ਲੈਣ 'ਚ ਹਿਚਕਾ ਜਾ ਰਹੇ ਆ ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਵੀ ਲਿਖੀ ਸੀ ਕਸਟਲ ਦੇ ਉੱਤੇ ਔਰ ਮੈਂ ਕਿਸੇ ਇੱਕ ਕੋਈ ਸਪੈਸ਼ਲ ਉਹਨਾਂ ਦੇ ਪੀਐਮਓ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਨੂੰ ਮੈਂ ਕਿਹਾ ਸੀ ਕਿ ਕਿਸੇ ਤਰ੍ਹਾਂ ਇਹ ਮੈਸੇਜ ਪ੍ਰਧਾਨ ਮੰਤਰੀ ਜੀ ਨੇ ਪਹੁੰਚਾਓ ਪਰ ਅਨਫੋਰਚੂਨੇਟਲੀ ਉਹਨਾਂ ਦਾ ਇਨਸ਼ਾਅ ਨਹੀਂ ਪਹੁੰਚਿਆ ਅਸੀਂ ਜਿੰਨੇ ਵੀ ਸੋਰਸਸ ਹੈਗੇ ਆ ਜੀ ਬੀਜੇਪੀ ਦੇ ਉਹਨਾਂ ਦੇ ਥਰੂ ਅਸੀਂ ਕਈ ਲੀਡਰਾਂ ਨੂੰ ਇਥੇ ਕਿਹਾ ਲੇਕਿਨ ਕੋਈ ਸਾਡੀ ਕਿਸੇ ਮੰਤਰੀ ਦੇ ਨਾਲ ਮੀਟਿੰਗ ਨਹੀਂ ਕਰਾ ਸਕੇ ਅਸੀਂ ਫੀਓ ਲੈਵਲ ਤੇ ਉਹ ਮੀਟਿੰਗ ਆਰਗੇਨਾਈਜ਼ ਕਰਾਈ ਸੀ ਸੋ ਕਹਿੰਦਾ ਮਤਲਬ ਇਹ ਆ ਕਿ ਜੇ ਹੋਜਵੇ ਜੀ ਤਾਂ ਮੇਰਾ ਖਿਆਲ ਆ इंडस्ट्री का कॉन्फिडेंस विद द गवर्नमेंट इना कुचा हो जाएगा कि इंडस्ट्री ਤੁਹਾਡੇ ਨਾਲ ਹਮੇਸ਼ਾ ਹਮੇਸ਼ਾ ਲਈ ਜੁੜ ਜਾਏਗੀ ਸਰ ਮੈਂ ਇੱਕ ਚੀਜ਼ ਬਹੁਤ ਅੱਛੀ ਪੁੱਛਣਾ ਚਾਹਨਾ ਤੁਹਾਡਾ ਬਹੁਤ ਅੱਛੀ ਗੱਲ ਦਸੀ ਤੁਸੀਂ ਦਿਲ ਦੇ ਹਾਲਾਤ ਖੋਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਤੱਕ ਸਾਡੀ ਗੱਲ ਪਹੁੰਚ ਜਾ ਕੇ ਮੈਂ ਪੁੱਛਣਾ ਚਾਹਨਾ ਸਰ ਅੱਜ ਤੁਸੀਂ ਫੀਓ ਲੈਵਲ ਤੇ ਨੈਸ਼ਨਲ ਲੈਵਲ ਤੇ ਕੰਮ ਕਰ ਰਹੇ ਹੋ ਇਮਾਨਦਾਰੀ ਨਾਲ ਇਹ ਦੱਸੋ ਕਿ ਅੱਜ ਦੇਸ਼ ਦੇ ਲੋਕਾਂ ਦੇ ਵਿੱਚ ਰਾਸ਼ਟਰੀਅਤਾ ਕਿੰਨੇ ਕ ਪਰਸੈਂਟ ਬਚੀ ਹੈ ਮੈਂ ਇਸ ਜਵਾਬ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਦੇਖੋ ਬਹੁਤ ਸਾਰੇ ਐਸੇ ਆਦਮੀ ਹੈਗੇ ਆ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਰਾਸ਼ਟਰੀਅਤ ਬਹੁਤ ਹੈਗੀ ਆ ਹਾਂ ਜੇ ਕਿਹਾ ਜਾਏ ਸਵਾਰਸ ਵੀ ਬਹੁਤ ਜਾਗ ਗਿਆ ਵਾ ਉਹ ਲੇਕਿਨ ਅਜ ਦਾ ਨਹੀਂ ਜਾਗ ਗਿਆ ਉਹ ਪਿਛਲੇ ਜਨਵਰੀ ਦੀ ਆਜ਼ਾਦੀ ਮਿਲੀ ਅਜ 1947 ਤੋਂ ਬਾਅਦ ਫਿਰ ਜਿਲੇ ਐਮਰਜੈਂਸੀ ਲੱਗੀ ਇਹ ਲਾਲਚ ਹੋਰ ਵੱਧ ਗਿਆ ਜੀ ਤੇ ਸੋ ਕਹਿਣ ਦਾ ਮਤਲਬ ਇਹ ਆ ਇਹ ਤਾਂ ਇੱਕ ਬਹੁਤ ਵੱਡੀ ਕੋਰਟ ਦੀ ਬਿਮਾਰੀ ਆ ਜਿਹਦਾ ਕੋਈ ਕੋਰਜ਼ਰਜ਼ ਆਫ ਗੋੜ ਦੀ ਬਿਮਾਰੀ ਦਾ ਇਲਾਜ ਆ ਗਿਆ ਵਾ ਲੇਕਿਨ ਇਹਦਾ ਕੋਈ ਇਲਾਜ ਨਹੀਂ ਮੈਂ ਇਹਦੇ ਵਿੱਚ ਥੋੜੀ ਜਿਹੀ ਇੱਕ ਚੀਜ਼ ਪੁੱਛਣਾ ਚਾਹਨਾ ਤੁਸੀਂ ਲੋਕੀ ਐਕਸਪੋਰਟਰਜ਼ ਹੋ ਤੁਸੀਂ ਐਕਸਪੋਰਟਰ ਦੀ ਇੱਕ ਬਹੁਤ ਵੱਡੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਅਕਸਰ ਸਾਡੇ ਦੇਸ਼ ਦੇ ਵਿੱਚ ਪਾਲਿਸੀ ਜਦੋਂ ਬਣਾਈ ਜਾਂਦੀ ਹੈ ਇਹ ਜਿਵੇਂ ਤੁਸੀਂ ਵੀ ਹੁਣੇ ਕਿਹਾ ਕਿ ਜੀ ਸਟੀਲ ਪ੍ਰਾਈਸਸ ਦਾ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਵੱਧ ਰਹੀ ਹੈ ਮੈਂ ਵੀ ਸਮਝਦਾ ਹਾਂ ਮੈਨੂੰ ਲੱਗਦਾ ਤੁਸੀਂ ਸਮਝ ਨਹੀਂ ਰਹੇ ਮਜਬੂਰੀ ਹੈ ਸਮਝਣ ਦੀ ਉਹ ਰੀਜ਼ਨ ਕੀ ਹੈ ਜੀ ਉਹ ਕਹਿੰਦੇ ਆ ਜੀ ਇੰਟਰਨੈਸ਼ਨਲ ਲੈਵਲ ਤੇ ਵੱਧ ਰਿਹਾ ਜੀ ਆਪਾਂ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਜ਼ਸ ਨੂੰ ਕੰਪੇਅਰ ਕਰਦੇ ਹਾਂ ਪਾਲਿਸੀਜ਼ ਨੂੰ ਫਾਲੋ ਕਰਦੇ ਹਾਂ ਤੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਸਾਡੇ ਜਿਹੜੇ ਡਿਫਰੈਂਟ ਕੰਟਰੀਜ਼ ਆ ਜੇ ਆਪਾਂ ਗੱਲ ਕਰੀਏ ਜਪਾਨ ਅਮਰੀਕਾ ਈਵਨ ਚਾਈਨਾ ਕੀ ਉਸ ਕੰਟਰੀ ਦੇ ਜਿਹੜੇ ਲੋਕ ਹੈਗੇ ਆ ਜਿਵੇਂ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂਜ਼ ਐ ਸਰਕਾਰਾਂ ਐ ਉਹਨਾਂ ਲਈ ਸਭ ਤੋਂ ਪਹਿਲਾਂ ਨੈਸ਼ਨੈਲਿਟੀ ਹੈਗੀ ਐ ਉਹ ਆਪਣੇ ਨੈਸ਼ਨਲ ਨੂੰ ਮੁੱਖ ਰੱਖਦੇ ਐ ਉਸ ਤੋਂ ਬਾਅਦ ਕੋਈ ਵੀ ਐਕਸਪੋਰਟ ਇੰਪੋਰਟ ਕਿਸੇ ਵੀ ਤਰੀਕੇ ਦੀ ਪਾਲਿਸੀ ਬੰਦੀ ਐ ਤੁਸੀਂ ਖੁਦ ਹੀ ਦੱਸਿਆ ਕਿ ਸਾਡਾ ਰੌ ਮਟੀਰੀਅਲ ਜਿਹੜਾ ਹੈਗਾ ਉਹ ਸਰੇਆਮ ਬਾਹਰ ਐਕਸਪੋਰਟ ਹੋ ਰਿਹਾ ਐ ਜੇ ਉਹੀ ਰॉ ਮਟੀਰੀਅਲ ਨੂੰ ਜਦੋਂ ਇੱਥੇ ਇਸਤੇਮਾਲ ਕੀਤਾ ਜਾ ਸਕਦਾ ਮੈਂ ਕਹਿੰਦਾ ਇੱਕ ਸਰਟਨ ਲਿਮਿਟ ਤਾਂ ਹੋਣੀ ਚਾਹੀਦੀ ਨੈਸ਼ਨੈਲਿਟੀ ਦੇ ਨਾਮ ਤੇ ਕਿਉਂਕਿ ਕੰਟਰੀ ਵੀ ਸਾਡਾ ਹੈ ਜਿਹੋ ਵਿੱਚ 10 20 30 ਮੈਂ ਨਹੀਂ ਕਹਿੰਦਾ ਸਾਰੀ ਖਪਤ ਇੱਥੇ ਹੋ ਜਾਣੀ ਹੈ ਪਰ देयर शुड बी ਸਰਟਨ ਲਿਮਿਟਸ ਕਿ 30 ਜਾਂ 40% ਉਹ ਇੰਡੀਆ 'ਚ ਹੀ ਬਿਕੇਗਾ ਬਾਕੀ ਤੁਸੀਂ ਐਕਸਪੋਰਟ ਕਰ ਲਓ ਤੇ ਉਹ ਨੈਸ਼ਨੈਲਿਟੀ ਦੇ ਅੰਡਰ ਐਦਾਂ ਦੇ ਕੁਝ ਨਾਰਮਸ ਹੋਣੇ ਚਾਹੀਦੇ ਜਾਂ ਪਹਿਲਾਂ ਹੁੰਦੇ ਸੀਗੇ ਤੁਹਾਨੂੰ ਨਹੀਂ ਲੱਗਦਾ ਐਦਾਂ ਦੀ ਚੀਜ਼ਾਂ ਹੋਣੀਆਂ ਚਾਹੀਦੀਆਂ ਵੇ ਦੇਖੋ ਜਿੱਥੇ ਤਾਂ ਇمپੋਰਟ ਐਕਸਪੋਰਟ ਦੇ ਰੂਲਸ ਐਂਡ ਰੈਗੂਲੇਸ਼ਨ ਦਾ ਤੱਲਕ ਆ ਉਹ ਬਹੁਤ ਅੱਛੇ ਆਏ ਆ ਜੀਐਸਟੀ ਤੋਂ ਬਾਅਦ ਚੀਜ਼ਾਂ ਬਹੁਤ ਜ਼ਿਆਦਾ ਆਸਾਨ ਹੋ ਗਈਆਂ ਐਕਸਪੋਰਟਰਾਂ ਵਾਸਤੇ ਵੀ ਹੋ ਗਈਆਂ ਆਮ ਬਿਜ਼ਨਸਮੈਨ ਲਈ ਵੀ ਬਹੁਤ ਜ਼ਿਆਦਾ ਆਸਾਨੀ ਹੋ ਗਈ ਹੈ ਪਰ ਜਿੱਥੇ ਤਾਂ ਨੈਸ਼ਨੈਲਿਟੀ ਮੈਂ ਤਾਂ ਪਹਿਲੋ ਕਿਹਾ ਕਿ ਇਹ ਦੇ ਵਿੱਚ ਲਿਆਉਣ ਵਾਸਤੇ ਮੇਰਾ ਖਿਆਲ ਆ ਮੋਦੀ ਜੀ ਕਾਫੀ ਪਾਰਟ ਪਲੇ ਕਰ ਸਕਦੇ ਆ ਜੀ ਔਰ ਮੈਂ ਇਹ ਹੀ ਕਹੂੰਗਾ ਕਿ ਇਹਦੇ ਬਿਨਾਂ ਜੀ ਅਸੀਂ ਦੇਸ਼ ਦੇ ਵਿੱਚ ਜਿਹੜੀ ਰੀਅਲਸ ਰੱਖੀ ਆ ਉਹ ਨਹੀਂ ਦੇਖ ਸਕਦੇ ਨੈਸ਼ਨੈਲਿਟੀ ਨਾ ਹੋਣ ਦਾ ਇੱਕ ਮੇਨ ਕਾਰਨ ਇਹ ਵੀ ਆ ਕਿ ਲੋਕੀ ਮਾਈਗ੍ਰੇਸ਼ਨ ਵੀ ਬਹੁਤ ਕਰ ਰਹੇ ਆ ਜੀ ਇੰਡੀਆ ਤੋਂ ਲੇਕਿਨ ਮੈਂ ਇੱਥੇ ਤੁਹਾਨੂੰ ਸਟੀਲ ਬਾਰੇ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਕਿ ਅਸੀਂ ਜੇ ਸਟੀਲ ਇੰਪੋਰਟ ਕਰਨਾ ਹੋਵੇ ਬਾਹਰੋਂ ਉੱਥੇ ਇੱਕ ਕੰਡੀਸ਼ਨ ਲਾਈ ਆ ਕਿ ਬੀਆਈਐਸ ਸਪੈਸੀਫਿਕੇਸ਼ਨ ਹੋਣੀ ਜ਼ਰੂਰੀ ਆ ਬਾਰਡੀ ਕੰਟਰੀ ਤੋਂ ਜੇ ਅਸੀਂ ਕੋਈ ਸਟੀਲ ਮੰਗਾਨੇ ਆ ਤੇ ਬਾਹਰ ਦਾ BIS ਵਾਲਿਆਂ ਦਾ ਕੋਈ ਦਫਤਰ ਹੈ ਨਹੀਂ ਹੋ ISI ਵਾਲਿਆਂ ਦਾ ਜੀ ਤੇ ਉਹ ਕੋਈ ਕੁਝ ਦਾ ਲਾਇਸੈਂਸ ਲੈ ਸਕਦੇ ਆ ਬਿਲਕੁਲ ਠੀਕ ਹੈ ਉਹ ਚਾਹੀਦਾ ਇਹ ਸਗਾ BIS ਸਪੈਸੀਫਿਕੇਸ਼ਨ ਜਾਂ ਉਹਦੇ ਇਕੁਇਵਲੈਂਟ ਮੈਂ ਇਥੇ ਅੱਜ ਇਹ ਦੱਸਣਾ ਚਾਹੂੰਗਾ ਮੈਂ ਵੀ ਇੱਕ BIS ਦੀ ਹੈਂਡ ਟੂਲ ਦੀ ਸੈਕਸ਼ਨਲ ਕਮੇਟੀ ਦਾ ਮੈਂਬਰ ਆ ਜੀ ਅਸੀਂ ਸਪੈਸੀਫਿਕੇਸ਼ਨਾਂ ਡਰਾ ਕਰਦੇ ਆ ਵਾਰ ਲੀਆਂ ਸਪੈਸੀਫਿਕੇਸ਼ਨਾਂ ਤੋਂ ਆਈਐਸਓ ਤੋਂ ਕਰਦੇ ਆ ਡਿੰਸ ਤੋਂ ਕਰਦੇ ਆ ਜਾਂ ਅਮਰੀਕਨ ਸਪੈਸੀਫਿਕੇਸ਼ਨ ਤੋਂ ਕਰਦੇ ਆ ਸਾਡੀਆਂ ਸਪੈਸੀਫਿਕੇਸ਼ਨਾਂ ਸਭ ਤੋਂ ਘੱਟ ਆ ਸਾਡੇ ਤੋਂ ਜੇ ਕੋਈ ਬਾਹਰ ਚੀਜ਼ ਬੰਦੀ ਆ ਮੈਂ ਹੁਣ ਇੱਥੇ ਇਹ ਹੁਣ ਉਹਦਾ ਹਾਂ ਹੋਇਆ ਕੀ ਕੀ ਚਾਈਨਾ ਦੇ ਵਿੱਚ ਸਟੀਲ ਇੰਨਾ ਸਸਤਾ ਹੋ ਗਿਆ ਸਾਡੇ ਤੋਂ 40% ਸਸਤਾ ਹੋ ਗਿਆ ਅਮਰੀਕਨ ਕਸਟਮਰ जिन्ने ਵੀ ਸੀਗੇ मोस्ट ਆਫ ਦੀ ਕਸਟਮਰ ਜਿਹੜਿਆ ਉਹ ਚਾਈਨਾ ਚਲੇ ਗਏ ਕਿਉਂਕਿ ਉਹਨਾਂ ਨੂੰ 25% ਡਿਊਟੀ ਪੇ ਕਰਕੇ ਵੀ ਉਥੇ ਸਸਤਾ ਪੈ ਰਿਆ ਸੀਗਾ ਕਿਉਂਕਿ ਓਸ਼ਨ ਫਰੇਟ ਚਾਈਨਾ ਤੋਂ ਕੰਪੇਅਰ ਟੂ ਇੰਡੀਆ ਬਹੁਤ ਘੱਟ ਆ ਜੀ ਲੇਕਿਨ ਇਹ ਸਾਰੀਆਂ ਚੀਜ਼ਾਂ ਅਸੀਂ ਮਿਨਿਸਟਰਸ ਨੂੰ ਟਾਈਮ ਬਏ ਟਾਈਮ ਅਸੀਂ ਦੱਸਦੇ ਰਹਿੰਨੇ ਆ ਲੇਕਿਨ ਥੋੜਾ ਜਿਹਾ ਇਸ ਚੀਜ਼ ਤੇ ਦੁੱਖ ਹੁੰਦਾ ਵਾ ਇਹ ਕਈ ਵਾਰੀ ਉਹ ਡਿਸੀਜਨ ਲੈਣ ਚ ਬਹੁਤ ਦੇਰ ਕਰਦੇ ਆ ਜੀ ਸੋ ਕੁੱਲ ਮਿਲਾ ਕੇ ਹੁਣ ਤੁਸੀਂ ਚਾਹਦੇ ਹੋ ਕਿ ਇੱਕ ਇਹੋ ਜਿਹਾ ਪਲੇਟਫਾਰਮ ਪ੍ਰਧਾਨ ਮੰਤਰੀ ਸਾਹਿਬ ਨੂੰ ਬਣਾਉਣਾ ਚਾਹੀਦਾ ਹੈ ਜਿਹਦੇ ਵਿੱਚ ਉਹ ਮਨ ਕੀ ਬਾਤ ਤਾਂ ਕਰਨ ਪਰ ਉਹ ਮਨ ਕੀ ਬਾਤ ਇੰਡਸਟਰੀ ਦੇ ਨਾਲ ਕਰਨ ਜਿੱਦਾਂ ਬਾਕੀਆਂ ਨਾਲ ਕਰ ਰਿਹਾ ਬੱਚਿਆਂ ਨਾਲ ਕਰ ਰਿਹਾ ਹੋ ਟਾਪਿਕ ਤੇ ਕਰ ਰਿਹਾ ਤਾਂ ਇੱਕ ਇੰਡਸਟਰੀ ਦੇ ਨਾਲ ਵੀ ਕੀਤਾ ਜਾਏ ਜਿੱਥੇ ਖੁੱਲਾ ਮੰਚ ਹੋਵੇ ਆਪਸ ਵਿੱਚ ਗੱਲਬਾਤ ਕੀਤੀ ਜਾ ਸਕੇ ਮੈਂ ਬਿਲਕੁਲ ਐਗਰੀ ਕਰਦਾ ਹਾਂ ਕਿ ਇਸ ਵळे ਜਿਹੜੀ ਇੰਡਸਟਰੀ ਦੀ ਫਰਸਟ੍ਰੇਸ਼ਨ ਹੈਗੀ ਆ ਉਹ ਜੇ ਪ੍ਰਧਾਨ ਮੰਤਰੀ ਜੀ ਕਿਉਂਕਿ ਪ੍ਰਧਾਨ ਮੰਤਰੀ ਜੀ ਦੀ ਬਹੁਤ ਰਿਸਪੈਕਟ ਆ ਐਸ ਵੈਲ ਵੀ। ਔਰ ਜੇ ਉਹ ਕਰਨਗੇ ਤਾਂ ਕੌਨਫੀਡੈਂਸ ਲੈਵਲ ਜਿਹੜਾ ਬਾ ਇੰਡਸਟਰੀ ਦਾ ਉਹ ਦੁਬਾਰਾ ਬਰਕਰਾਰ ਹੋ ਜਾਏਗਾ, ਦੁਬਾਰਾ ਰੈਸਟੋਰ ਹੋ ਜਾਏਗਾ। ਇੱਕ ਗੱਲ ਜਿਸ ਤੋਂ ਇਹ ਜਿਹੜੀ ਆ ਮਨ ਕੀ ਬਾਤ ਵਿਦ ਇੰਡਸਟਰੀ ਜੀ ਇਹ ਜਦੋਂ ਜਿੰਨੀ ਜਲਦੀ ਜਲਦੀ ਸ਼ੁਰੂ ਹੋ ਸਕਦੀ ਆ ਉਹ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ। ਮੇਰੀ ਅਪੀਲ ਆ ਪ੍ਰਧਾਨ ਮੰਤਰੀ ਨੂੰ। ਠੀਕ ਹੈ ਸਰ। ਥੈਂਕ ਯੂ ਸਰ। ਥੈਂਕ ਯੂ। ਸੋ ਦੋਸਤੋ اے ਸੀ ਕੇ ਐਸ ਸੀ ਰਲਨ ਜੀ ਜਿਹੜੇ ਕਿ ਫਿਓ ਇੰਡੀਆ ਦੇ ਐਕਸ ਪ੍ਰੈਜ਼ੀਡੈਂਟ ਹੈ ਔਰ ਖੁਦ ਬਹੁਤ ਵੱਡੇ ਐਕਸਪੋਰਟਰ ਹੈ ਬਹੁਤ ਸਾਰੇ ਇੰਜੀਨੀਅਰਿੰਗ ਇੰਡਸਟਰੀ ਹੈਂਡ ਟੂਲ ਇੰਡਸਟਰੀ ਬਹੁਤ ਸਾਰੀ ਐਸੋਸੀਏਸ਼ਨਾਂ ਦੇ ਲੀਡਰ ਵੀ ਹੈਗੇ ਆ ਮਤਲਬ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ ਸੋ ਇਹਨਾਂ ਨੇ ਇੱਕ ਬੜਾ ਅੱਛੀ ਇੱਕ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਰਿਸਪੈਕਟ ਬਹੁਤ ਹੈ ਪਰ ਅੱਜ ਕਿਤੇ ਨਾ ਕਿਤੇ ਦੇਸ਼ ਦੀ ਇੰਡਸਟਰੀ ਜਿਹੜੀ ਹੈ ਇੱਕ ਪਲੇਟਫਾਰਮ ਦੀ ਕਮੀ ਮਹਿਸੂਸ ਕਰ ਰਹੀ ਹੈ ਜਿਹਦੇ ਵਿੱਚ ਉਹ ਆਪਣੇ ਦਿਲ ਦੀ ਗੱਲ ਦਾ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਾ ਸਕਣ ਉਹਨਾਂ ਨਾਲ ਜਿਹੜਾ ਹੈਗਾ ਖੁੱਲੇ ਮੰਚ ਤੇ ਗੱਲਬਾਤ ਕਰ ਸਕਣ ਕਿਉਂਕਿ ਉਹਨਾਂ ਨੂੰ ਬਹੁਤ ਸਾਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਕਿ ਬੜਾ ਇੱਕ ਅੱਛਾ ਵਿਜ਼ਨ ਲੈ ਕੇ ਅੱਗੇ ਵਧੇ ਹੋਏ ਹੈ ਉਸ ਵਿਜ਼ਨ ਨੂੰ ਉਹ ਪੂਰਾ ਵੀ ਕਰ ਸਕਦੇ ਆ ਪਰ ਗੱਲ ਇਹ ਹੈ ਕਿ ਇੱਕ ਪਲੇਟਫਾਰਮ ਦੀ ਕਮੀ ਹੈ ਜਿਹਦੇ ਤੱਕ ਜਿਹਦੇ ਵਿੱਚ ਉਹਨਾਂ ਦੀਆਂ ਗੱਲਾਂ ਜਿਹੜੀਆਂ ਸਿੱਧਾ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚ ਸਕਣ ਤੇ ਉਹ ਉਸ ਗੱਲ ਨੂੰ ਸਮਝਦੇ ਹੋਏ ਅਗਲੀਆਂ ਪਾਲਿਸੀਆਂ ਜਾਂ ਸਟਰੈਟਜੀ ਨੂੰ ਮੇਕ ਕੀਤਾ ਜਾ ਸਕੇ ਜਿਹਦੇ ਨਾਲ ਮੇਕ ਇਨ ਇੰਡੀਆ ਦਾ ਉਹਨਾਂ ਦਾ ਖੁਦ ਦਾ ਸੁਪਨਾ ਜਿਹੜਾ ਹੈਗਾ ਪੂਰੇ ਵਰਲਡ ਚ ਫਲਰਿਸ਼ ਹੋ ਸਕੇ ਸੋ ਫਿਲਹਾਲ ਇਹ ਅਸੀਂ ਇੱਕ ਜਨ ਹਿਤੈਸ਼ੀ ਦੀ ਅੱਜ ਸ਼ੁਰੂਆਤ ਐਦਾਂ ਹੀ ਅਸੀਂ ਇਸ ਟੌਪਿਕ ਤੇ ਹੋਰ ਵੀ ਜਿਹੜੇ ਅਲ ਵਕਵਕ ਇੰਡਸਟਰੀਆਂ ਦੇ ਜਿਹੜੇ ਨੁਮਾਇੰਦੇ ਹਨ ਉਹਨਾਂ ਨਾਲ ਗੱਲਬਾਤ ਕਰਕੇ ਇਹ ਕੋਸ਼ਿਸ਼ ਕਰਦੇ ਰਵਾਂਗੇ ਦੇਖਦੇ ਰਹੋ ਬਨੇ ਰਹੋ ਜਾਣਹ ਤੇ ਸ਼ੁਕਰੀਆ ਧੰਨਵਾਦ